तो उन्होंने तो बहुत इतराज भी किया फादर साहब ने, कोई ने भी मेरे को बंदे आते हैं, कोई कह दिता भी जेल बनी जाती है, कोई मेरे को बंदे चल के आ गए उत्थे मत्था टेकी आते वेख के कहते गुरद्वारा गया है। तो पर मैं मतलब अटल रहा, मेरी वाइफ ने मेरा काफ़ी साथ दिता भी आप यही बनाने का। हाँ जी इतने फिल्मा शूट हुई दुला वैली गुगुगल सिंह योगराज सिंह की फिल्म मसदीक जी भी सारे इतने आए। अच्छा हाँ जी सत श्रीकाल जी सारे नू गल यूँ आ कि कला शाहजहान ही नहीं जानता ताज बनाने तो साडे पंजाब दे विच भी हैगे ने बंदे आ देखो भी किड्डी सो खूबसूरत हवेली बनी हुई आ अज ये दिखाउणी आ तुहानू ते बंदा भी साडे नाल शायर आ बाई बलजीत ढिल्लों इस वक्त असीं बठिंडे दे कोल पिंड नरुवाणा बाई जी है ना। हाँ जी बाई जी स्वागत है जी तुहाडा। सत श्री अकाल बाई जी जी आयां नू तुहाडा वी तुहाडी टीम दा मेहरबानी। थैंक यू बाई जी। बाई गल यूँ आ लोग तां कोठियां पाउंदे आ नवें हिसाब किताब दीआं। ਮੁਮਤਾਜ ਤੋਂ ਸੋਹਣੀਆਂ ਤੋਂ ਨਹੀਂ ਤਾਜ ਬਣਾ ਦੇਵਾਂ ਮੈਂ ਤੇਰੇ ਨਾਮ ਉੱਤੇ, ਇੱਕ ਤੂੰ ਹੋਵੇਂ ਤੇ ਇੱਕ ਮੈਂ ਹੋਵਾਂ, ਬਾਕੀ ਦੁਨੀਆ ਵਾਲੇ ਹੋਣ ਸੁੱਤੇ, ਢਿੱਲੋਂ ਨਰੂਆਂ ਨੇ ਕਿਤੇ ਹੋ ਜਾਵੇ ਨੀ ਮਲਕਾ, ਤੂੰ ਹੋਵੇਂ ਤੇ ਬਾਦਸ਼ਾਹ ਮੈਂ ਉੱਤੇ। ਬੱਲੇ ਲਾ ਲਓ ਹਿਸਾਬ ਵੀ ਆਪਾਂ ਸ਼ਾਹਜਹਾਂ ਹੁਣਾਂ ਦੇ ਘਰ ਹੀ ਆ ਗਏ ਸਮਝ ਲਓ ਆਪਾਂ। ਬਾਈ ਜੀ ਅੱਜ ਸਾਰੀ ਆਪਾਂ ਦੇਖਣੀ ਆ ਹਵੇਲੀ ਤੁਹਾਡੀ, ਬੜੀ ਖੂਬਸੂਰਤ ਆ। ਆਹ ਤਿੰਨ ਪੋਰਸ਼ਨ ਰੱਖਿਆ ਤੁਸੀਂ, ਇਹਨੂੰ ਕੀ ਕਹਿੰਦੇ ਕੀ ਆ ਇਹ? ਇਹ ਬਾਈ ਜੀ ਜਿਹੜਾ ਉੱਪਰ ਹੈ ਇਹਨੂੰ ਤਾਂ ਝਰੋਖਾ ਕਹਿੰਦੇ ਆ। ਆਹ ਝਰੋਖਾ ਹੋ ਗਿਆ ਤਾਂ। ਹਾਂਜੀ ਮਹਿਲਾਂ ਦੇ ਵਿੱਚ ਹੁੰਦੇ ਸੀ ਇਹ। ਤੇ ਜਿਹੜਾ ਸੈਕਿੰਡ ਨੰਬਰ ਤੇ ਆ ਗਿਆ ਇਹਨੂੰ ਤਿਵਾੜੀ ਕਹਿੰਦੇ ਆ। ਤਿਵਾੜੀ ਵੀ ਤਿੰਨ ਗੇਟ ਹੁੰਦੇ ਸੀ ਇਹਦੇ ਜੀ। ਤੇ ਉਹ ਝਰੋਖਾ ਜਦੋਂ ਰਾਜੇ ਮਹਾਰਾਜੇ ਜਾਂਦੇ ਸੀਗੇ ਸ਼ਿਕਾਰ ਤੇ ਜਾਂ ਕੋਈ ਯੁੱਧ ਤੇ ਜੀ, ਇਹਦੇ ਵਿੱਚ ਉਹ ਝਰੋਖਿਆਂ ਦੇ ਵਿੱਚ ਜਿਹੜੀਆਂ ਰਾਣੀਆਂ ਸੀਗੀਆਂ ਉਹ ਦੇਖਦੀਆਂ ਹੁੰਦੀਆਂ ਸੀ। ਬਿਲਕੁਲ ਜਿਵੇਂ ਜੈਪੁਰ ਦੇ ਵਿੱਚ ਹੈਗਾ ਇੱਕ ਮਹਿਲ ਬਹੁਤ ਵੱਡਾ। ਹਾਂਜੀ ਹਾਂਜੀ ਮੇਰੇ ਖਿਆਲ 300 ਕੁਛ ਨੇ ਉਹਦੀਆਂ ਬਾਰੀਆਂ। ਹਾਂਜੀ ਉੱਥੇ ਰਾਣੀਆਂ ਖੜਦੀਆਂ ਸੀ ਜਾਂ ਕੋਈ ਜਲੂਸ ਨਿਕਲਦਾ ਸੀ ਜਾਂ ਗਲੀ ਦੇ ਵਿੱਚੋਂ ਜਾਂ ਹਨਾ ਬਾਜ਼ਾਰਾਂ ਚੋਂ। ਹਾਂਜੀ ਹਾਂਜੀ ਤਾਂ ਉਹਨੂੰ ਉੱਤੋਂ ਫਲ ਵੀ ਸੜਦੀਆਂ ਹੁੰਦੀਆਂ ਸੀ। ਹਾਂ ਬਿਲਕੁਲ ਉਹੀ ਲੋਕਾਂ ਸੇਮ ਹਨਾ ਉਸ ਹਿਸਾਬ ਦਾ। ਇਹ ਆਈਡੀਆ ਕਿਵੇਂ ਆਇਆ ਵੀ ਆਪਾਂ ਇਹ ਕਰਨਾ? ਆਈਡੀਆ ਬਈ ਜੀ ਕੁਛ ਤਾਂ ਆਪ ਹੀ ਬਣਾਇਆ ਨਕਸ਼ਾ ਇਹਦਾ। ਅੱਛਾ ਸੋਚ ਕੇ ਵੀ ਮੈਂ ਗਿਆ ਸੀ ਬੀਕਾਨੇਰ 2012 ਦੇ ਵਿੱਚ। ਉੱਥੇ ਫਿਰ ਬੀਕਾਨੇਰ ਜਾ ਕੇ ਵੀ ਦੇਖਿਆ ਮੈਂ ਇਹੋ ਜਿਹੀਆਂ ਬਿਲਡਿੰਗਾਂ ਹੈਗੀਆਂ। ਫਿਰ ਉਹ ਸੋਚ ਕੇ ਉਦੋਂ ਬਾਅਦ ਦਿਮਾਗ 'ਚ ਕਨਸੈਪਟ ਜਿਹਾ ਬਣਾ ਲਿਆ ਅਤੇ ਫਿਰ ਖੁਦ ਹੀ ਮਤਲਬ ਇਹ ਤਿਆਰ ਕੀਤਾ। ਬਿਲਕੁਲ ਆ ਤੁਹਾਡਾ ਲੱਕੜ ਲੁੱਕੜ ਕੀ ਆ ਨਿੱਕੀਆਂ ਇੱਟਾਂ ਨੂੰ ਉਸ ਹਿਸਾਬ ਦੇ ਇੱਟ ਥੋੜ੍ਹੀ ਜਿਹੀ ਵੱਡੇ ਸਾਈਜ਼ ਦੇ ਵਿੱਚ ਲੱਗੀ ਹੋਈ ਆ ਜੋ ਆਪਾਂ ਆਮ ਕਿਲਿਆਂ 'ਚ ਵੇਖਦੇ ਉਹਨਾਂ ਨਾਲੋਂ ਵੱਡਾ ਸਾਈਜ਼ ਆ। ਹਾਂਜੀ ਜਿਵੇਂ ਮੋਰ ਪਾ ਤੇ ਆ ਫੁੱਲ ਦੇਖੋ ਨਾ ਖੂਬਸੂਰਤ ਚਟਕੀਲੇ ਰੰਗ ਜਿਹਨੂੰ ਕਹਿ ਸਕਦੇ ਆ ਰਾਜਪੂਤਾਨਾ ਤੇ ਮੁਗਲੀਆ ਸ਼ੈਲੀ ਦੇ ਵਿੱਚ ਕਹਿ ਸਕਦੇ ਆ। ਤੇ ਐਂਟਰੀ ਉਧਰਲੀ ਪਾਸੇ ਵੀ ਬਹੁਤ ਘੈਂਟ ਆ ਤੁਹਾਡੀ ਹੈ ਨਾ ਬਣਾਈ ਹੋਈ। ਮੇਨ ਐਂਟਰੀ ਉਧਰ ਹੀ ਆ ਬਾਈ ਜੀ, ਮੇਨ ਐਂਟਰੀ ਉਧਰ ਹੀ ਆਪਾਂ ਦਰਸ਼ਕ ਉਹ ਵੀ ਵੇਖਦੇ ਆ। ਤੇ ਬਾਈ ਜੀ ਗੱਲ ਉਹ ਆ ਕਿੰਨੇ ਚਰਚੇ ਤਿਆਰ ਹੋ ਗਈ ਸੀ ਤੇ ਕਿੰਨੇ ਏਕੜ ਦੇ ਵਿੱਚ ਆ ਇਹ ਬਾਈ ਜੀ? ਰਕਬਾ ਹੈਗਾ 1.5 ਕਨਾਲ ਆ ਇਹ। 1.5 ਕਨਾਲ ਅੱਛਾ। ਕਲੋਨੀ ਦਾ ਨਕਸ਼ਾ ਹੈ ਸਨ ਸਿਟੀ ਇਨਕਲੇਵ ਔਨ ਬਾਦਲ ਰੋਡ ਨੀਅਰ ਪਿੰਡ ਨਰੂਆਣਾ ਸਾਡਾ। ਬਿਲਕੁਲ। ਤੇ ਮਤਲਬ ਇਹ 2013 ਦੇ ਵਿੱਚ ਇਹ ਪਲਾਟ ਲਿਆ ਸੀਗਾ ਜੀ ਤੇ ਐਂਡ ਜੇ ਚ 13 ਦੇ ਕੰਮ ਸਟਾਰਟ ਕਰਤਾ ਸੀਗਾ ਤੇ 15-2 ਸਾਲ ਦੇ ਵਿੱਚ ਰੈਡੀ ਹੋ ਗਈ ਸੀਗੀ। ਮਤਲਬ ਇਹ ਖੂਬਸੂਰਤ ਹਵੇਲੀ 2 ਸਾਲਾਂ 'ਚ ਤਿਆਰ ਹੋ ਗਈ ਸੀ। ਹਾਂਜੀ ਹਾਂਜੀ। ਤੇ ਇੱਧਰਲੇ ਪਾਸੇ ਖੂਬਸੂਰਤ ਹਾਥੀ ਵੀ ਬਣੇ ਹੋਏ ਨੇ ਹਨਾ, ਬਹੁਤ ਖੂਬਸੂਰਤ ਬਣੇ ਹੋਏ ਵਿਊ ਆ, ਬਹੁਤ ਤਕੜਾ ਵਿਊ ਬਣਦਾ ਜਿਵੇਂ ਬੱਦਲ ਬੁੱਦਲ ਤੁਹਾਨੂੰ ਦੱਸ ਰਹੇ ਹੋਣਗੇ ਦਰਸ਼ਕੋ। ਮੈਂ ਕਹਿੰਦਾ ਵੀ ਯਾਰ ਜੈਪੁਰ ਵਾਲੀ ਫੀਲਿੰਗ ਹੀ ਆ, ਠੀਕ ਹੈ, ਕਿਉਂਕਿ ਜ਼ਿੰਦਗੀ ਜਿਉਣੀ ਹੈ, ਇੱਕ ਵਾਰੀ ਮਿਲਣੀ ਹੈ ਤੁਹਾਨੂੰ ਬਾਦਸ਼ਾਹਤ ਦੇ ਨਾਲ ਜਿਉਵੋ, ਕਿਉਂ ਬਾਈ ਜੀ? ਬਿਲਕੁਲ ਬਾਈ ਜੀ ਹਨਾ। ਬਿਲਕੁਲ ਤੁਹਾਡੇ ਮਨ 'ਚ ਹੋਰ ਵੀ ਨਕਸ਼ੇ ਆਏ ਹੋਣਗੇ ਵੀ ਆਪਾਂ ਯਾਰ ਫਲੈਟ ਨੂੰ ਮੈਂ ਜਿਵੇਂ ਇਰਦ ਗਿਰਦ ਬਣੇ ਉਸ ਹਿਸਾਬ ਦਾ ਬਣਾਈਏ ਇਹਨੂੰ? ਮੈਂ ਕਹਿੰਦਾ ਇੱਕ ਤੁਸੀਂ ਸ਼ਾਇਰ ਕਰਕੇ ਸ਼ਾਇਦ ਤੁਹਾਡੇ 'ਤੇ ਜ਼ਿਆਦਾ ਪ੍ਰਭਾਵ ਲੱਗਿਆ ਪੁਰਾਣੀਆਂ ਚੀਜ਼ਾਂ ਦਾ। ਇਹਦੇ ਮੇਰੇ ਫਾਦਰ ਸਾਹਿਬ ਤਾਂ ਇਹੀ ਚਾਹੁੰਦੇ ਸੀਗੇ ਜੀ ਵੀ ਕੋਠੀ ਬਣਾਓ, ਪਰ ਮੈਂ ਸੋਚਿਆ ਸੀ ਮੈਂ ਇਹੀ ਬਣਾਉਣੀ ਹੈਗੀ ਵੀ ਹਵੇਲੀ ਟਾਈਪ ਹੀ ਬਣਾਉਣੀ ਹੈ। ਪੁਰਾਣੀਆਂ ਫਿਲਮਾਂ 'ਚ ਵੇਖਦੇ ਸੀਗੇ ਜਿਵੇਂ ਲੌਂਗ ਦਾ ਲਿਸ਼ਕਾਰਾ 'ਚ ਹਵੇਲੀ ਹੈ ਤੇ ਉਹਨਾਂ ਨੇ ਤਾਂ ਬਹੁਤ ਇਤਰਾਜ਼ ਵੀ ਕੀਤਾ ਫਾਦਰ ਸਾਹਿਬ ਨੇ, ਕੋਈ ਨੇ ਵੀ ਮੇਰੇ ਕੋਲ ਬੰਦੇ ਆਉਂਦੇ ਨੇ, ਕੋਈ ਕਹਿ ਦਿੰਦਾ ਵੀ ਜੇਲ੍ਹ ਬਣੀ ਜਾਂਦੀ ਹੈ ਇਹ, ਕੋਈ ਮੇਰੇ ਕੋਲ ਬੰਦੇ ਚੱਲ ਕੇ ਆ ਗਏ ਉੱਥੇ ਮੱਥਾ ਟੇਕੀ ਜਾਂਦੇ ਸੀਗੇ ਵੇਖ ਕੇ ਕਹਿੰਦੇ ਗੁਰਦੁਆਰਾ ਹੈਗਾ ਇਹ। ਤੇ ਪਰ ਮੈਂ ਮਤਲਬ ਅਟਲ ਰਿਹਾ, ਮੇਰੀ ਵਾਈਫ ਨੇ ਮੇਰਾ ਕਾਫੀ ਸਾਥ ਦਿੱਤਾ ਵੀ ਆਪਾਂ ਇਹੀ ਬਣਾਉਣਾ ਹੈਗਾ ਤੇ ਬਾਕੀ ਜ਼ਿਆਦਾ ਤਾਂ ਪਰਮਾਤਮਾ ਦਾ ਹੁੰਦਾ, ਆਪਾਂ ਨੂੰ ਪਤਾ ਜੀ ਸਾਰੀ ਰਹਿਮਤ ਤੇ ਜਾਂ ਮਾਂ ਪਿਓ ਦਾ ਸਾਥ ਹੁੰਦਾ, ਉਹਨਾਂ ਨੇ ਕੋਲੇ ਖੜ ਕੇ ਇਹ ਬਣਵਾਇਆ। ਇੱਕ ਵਾਰ ਹੋਰ ਗੱਲ ਦੱਸੋ, ਗੱਲ ਫਿਲਮਾਂ ਦੀ ਚੱਲੀ? ਹਾਂਜੀ। ਇਹਦਾ ਮਤਲਬ ਜੇ ਕੋਠੀ ਏਡੀ ਖੂਬਸੂਰਤ ਬਣੀ, ਹਵੇਲੀ ਬਣੀ ਆ ਇਹ, ਤਾਂ ਲਾਜ਼ਮੀ ਫਿਲਮਾਂ ਵਾਲਿਆਂ ਨੇ ਤਾਂ ਫਿਰ ਇੱਥੇ ਗੇੜਾ ਮਾਰਿਆ ਹੋਊਗਾ। ਹਾਂਜੀ ਇੱਥੇ ਫਿਲਮਾਂ ਸ਼ੂਟ ਹੋਈਆਂ ਦੁੱਲਾ ਵੈਲੀ, ਅੱਜ ਨਾਲ ਦੀਆਂ ਚੱਲਦੇ ਆਪਾਂ ਗੁਗੁਗਲ ਸਿੰਘ ਯੋਗਰਾਜ ਸਿੰਘ ਦੀ ਫਿਲਮ, ਅੱਛਾ, ਮਸਦੀਕ ਜੀ ਵੀ ਸਾਰੇ ਇੱਥੇ ਆਏ। ਅੱਛਾ ਦੁੱਲਾ ਵੈਲੀ ਦੀ ਸ਼ੂਟਿੰਗ ਇੱਥੇ ਹੋਈ ਜੀ? ਦੁੱਲਾ ਵੈਲੀ ਦੀ? ਹਾਂਜੀ ਉਹਦੇ ਵਿੱਚ ਮੈਂ ਵੀ ਕੰਮ ਕੀਤਾ, ਥੋੜਾ ਬਹੁਤ ਗੁਗਲ ਨਾਲ 4-5 ਸੀਨ ਹੈ ਮੇਰੇ ਜੀ। ਤੇ ਫਿਰ ਉਦੋਂ ਬਾਅਦ ਬੱਲੀ ਬਲੈਕ ਹੀ ਆ ਫਿਲਮ ਬਣੀ ਆ, ਉਹਦੇ ਵਿੱਚ ਇਹ ਵਿਖਾਈ ਹੈ ਮੰਤਰੀ ਦੀ ਹਵੇਲੀ, ਉਹਦੇ ਵਿੱਚ ਮੈਂ ਹੀ ਮੀਟਿੰਗ ਕਰਨ ਵਾਲਾ ਮੰਤਰੀ ਨਾਲ, ਸੰਤ ਜਿੱਥੇ ਬੈਠੇ ਇੱਥੇ ਕੈਮਰਾ ਲੱਗਿਆ ਸੀਗਾ, ਇੱਥੇ ਸੀਨ ਆ, ਉੱਪਰੋਂ ਸਾਰਾ ਵਿਊ ਆ। ਤੇ ਬਾਕੀ ਗਾਣੇ ਦਾ ਡੈਡ ਮੈਨ ਹੁਣੀ ਚੱਲ ਰਿਹਾ ਹੈਗਾ ਸਨੀ ਧਨੋਆ ਦਾ, ਉਹ ਵੀ ਇੱਥੇ ਹੋਇਆ।
दर्शको फिर नोट कर लियो भी गल गल चलदियां पता लग गई भी प्री वेडिंग भी करा सकते हो इत्थे ते ओह भी बहुत सोहनी लोकेशन बनी हुई आ पेंटिंग्स वगैरह बड़ियां खूबसूरत ने सामने दिखा दिया जिवें किसी दरबार शाही दरबार आ गए होइए पौड़ियां चढ़ रही ने पुराने स्टाइल हिसाब से ਤੇ ਚਾਰੇ ਪਾਸੇ ਬਹੁਤ ਹੀ ਚਟਕੀਲੇ ਕਲਰਾਂ ਦੇ ਨਾਲ ਸਜਾਈ ਹੋਈ ਪੇਂਟਿੰਗਸ ਆਹ ਨਮੂਨਾ ਕਿੱਥੋਂ ਲਿਆ ਵੀਰੇ ਇਹ ਵੀ ਨੈਟ ਤੋਂ ਕੱਢਿਆ ਸੀਗਾ ਅੱਛਾ ਨੈਟ ਦੇ ਉੱਤੇ ਮਤਲਬ ਵੇਖ ਕੇ ਡਿਜ਼ਾਈਨ ਵੀ ਜਿਹੋ ਜਿਹੀ ਹਵੇਲੀ ਹੈ ਇਹਨੂੰ ਉਹ ਜਿਹੀ ਚੀਜ਼ ਚਾਹੀਦੀ ਹੈ ਉਹ ਫਿਰ ਦੇਖ ਕੇ ਨਾ ਵੀ ਉਹੀ ਚੀਜ਼ ਦਾ ਇਹ ਨੈਟ ਤੋਂ ਕੱਢਿਆ ਜੀ ਤੇ ਬਹੁਤ ਖੂਬਸੂਰਤ ਆ ਤੇ ਗੱਲਿਓਵਾਂ ਵੀ ਹੁਣ ਹੁੰਗਾਰਾ ਕਿਵੇਂ ਆ ਫਰੀਦਕੋਟ ਮਹਾਰਾਜੇ ਦੀ ਜਿੱਥੇ ਹੁਣ ਕਚਹਿਰੀ ਬਣੀ ਹੋਈ ਹੈ ਉਹਦਾ ਮਹਿਲ ਸੀਗਾ ਜੀ ਇਹ ਉਹ ਜਾਲੀ ਹੈ ਓਰੀਜਨਲ ਆਹ ਉੱਪਰ ਵਾਲੀ ਅੱਛਾ ਇਹ ਉਹ ਜਾਲੀ ਆ ਹਾਂ ਉੱਥੇ ਮੇਰੀ ਡਿਊਟੀ ਸੀਗੀ 2012-15 ਤੇ ਮੈਂ ਉੱਥੋਂ ਫਰਮਾ ਲਿਆਇਆ ਸੀ ਉਹ ਦੋਸਤ ਬਣ ਗਏ ਸੀ ਦਿੱਲੀ ਤੋਂ ਦੁਬਾਰੇ ਉਹ ਮਤਲਬ ਉਹਨੂੰ ਤਿਆਰ ਕੀਤਾ ਗਿਆ ਉਹ ਫਿਰ ਮੈਂ ਉਹਨਾਂ ਤੋਂ ਫਰਮਾ ਲਿਆਇਆ ਸੀਗਾ ਤੇ ਉੱਪਰ ਸਾਰੇ ਟੌਪ ਤੇ ਇਹ ਉਹੀ ਜਾਲੀ ਲੱਗੀ ਹੈ ਸੇਮ ਜਾਲੀ ਹੈ ਮਤਲਬ ਸੇਮ ਫਰਮੇ ਦੇ ਉਹਨਾਂ ਉਹੀ ਹਾਂ ਮਤਲਬ ਫਰੀਦਕੋਟ ਵਾਲੇ ਰਾਜ ਦੀ ਟੱਕਰ 'ਚ ਹੀ ਆਪਾਂ ਕਿਉਂਕਿ ਗੱਲ ਇਹ ਵੀ ਜਦੋਂ ਕੋਈ ਸਾਡਾ ਭਰਾ ਇਸ ਤਰੀਕੇ ਨਾਲ ਕੰਮ ਕਰਦਾ ਸੁਚੱਜੇ ਤਰੀਕੇ ਨਾਲ ਹੈ ਨਾ ਤਾਂ ਇਹ ਰੂੜ ਵਾਲਾ ਕੰਮ ਸੀ ਬਾਈ ਇਹਦਾ ਤਾਂ ਹੈ ਨਹੀਂ ਸੀਗਾ ਵੀ ਜਿੜ ਲਿਆ ਵੀ ਫਲਾਨਾ ਮਿਸਤਰੀ ਲਾ ਤੇ ਘੋਲ ਘੋਲ ਸੀਮਟ ਥੱਪੀ ਗਏ ਹਾਂ ਬਿਲਕੁਲ ਬਾਈ ਇਹ ਗੱਲ ਨਹੀਂ ਸੀ ਕਈ ਵਾਰੀ ਗਲਤ ਬਣਾ ਦਿੰਦੇ ਕੋਈ ਜੀ ਫਿਰ ਮੈਂ ਟਵਾਉਂਦਾ ਸੀ ਆ ਕੇ ਵੀ ਆਹ ਗਲਤ ਹੈ ਢਾ ਦਿਓ ਬਹੁਤ ਚੀਜ਼ਾਂ ਮਤਲਬ ਡਿਊਟੀ ਤੇ ਮੈਂ ਗਿਆ ਦੱਸ ਗਿਆ ਗਲਤ ਕਰਤੀ ਅੱਡਣੀ 6-6 ਫੁੱਟ ਦੀਆਂ ਉੱਚੀਆਂ ਕੰਧਾਂ 10-10 ਫੁੱਟ ਲੰਮੀਆਂ ਢਵਾਈਆਂ ਵੀ ਆ ਜੀ ਕਾਫੀ ਕੁਛ ਤੇ ਇਹਨੂੰ ਫਿਰ ਕਾਪੀ ਕਰਨ ਵਾਲੇ ਬੰਦੇ ਵੀ ਆਏ ਹੋਣਗੇ ਵੀ ਸੀ ਭਾਈ ਇਹ ਨਮੂਨਾ ਇੱਥੇ ਆ ਵੀ ਇਸ ਤਰੀਕੇ ਦੀ ਅਸੀਂ ਵੀ ਬਣਾਈਏ ਇਮਾਰਤ ਹਾਂਜੀ ਇਹ ਸਭ ਤੋਂ ਪਹਿਲਾਂ ਤਾਂ ਆਪਣੇ ਬਾਈ ਬੱਬੂ ਮਾਨ ਵਰਗੇ ਜਿਹੜੇ ਉਹਨਾਂ ਦੇ ਦੋਸਤ ਹੈ ਬਾਈ ਜਸਵਿੰਦਰ ਤੇ ਉਹਨਾਂ ਨੇ ਇੱਥੇ ਰਿੰਗ ਰੋਡ ਦੇ ਉੱਤੇ ਬਣਾਇਆ ਗਿਆ ਮਤਲਬ ਫਾਰਮ ਹਾਊਸ ਸਭ ਤੋਂ ਪਹਿਲਾਂ ਉਹ ਆਏ ਉਹਨਾਂ ਨੇ ਵੇਖ ਕੇ ਗਏ ਮੈਨੂੰ ਸਾਰੀ ਉਹਨਾਂ ਨੇ ਮੈਂ ਇੱਥੇ ਜਾਣਕਾਰੀ ਲਈ ਜਿਵੇਂ ਤੁਸੀਂ ਪੁੱਛ ਰਹੇ ਹੋ ਉਹਨਾਂ ਨੇ ਬਣਾਇਆ ਫਿਰ ਉੱਥੇ ਮਤਲਬ ਫਾਰਮ ਹਾਊਸ ਛੋਟੀ ਉਹਨਾਂ ਨੇ ਮਤਲਬ ਇਹ ਆਪਾਂ ਤਾਂ ਇੱਟ ਤਿਆਰ ਕਰਵਾਈ ਸੀ ਨਵੀਂ ਜੀ ਉਹਨਾਂ ਨੇ ਮਤਲਬ ਛੋਟੀ ਇੱਟ ਸੀਗੀ ਜਿਹੜੀ ਪੁਰਾਣੀ ਨਾਨਕਸ਼ਾਹੀ ਉਹਦਾ ਫਾਰਮ ਹਾਊਸ ਤਿਆਰ ਕੀਤਾ ਉਸ ਤੋਂ ਬਾਅਦ ਫਿਰ ਇੱਕ ਪਿੱਛੇ ਜੇ ਆਪਣਾ ਦੋਸਤ ਸੀ ਉਹਦਾ ਵਿਚਾਰੇ ਦਾ ਮਰਡਰ ਹੋ ਗਿਆ ਵਿੱਕੀ ਮਿੱਡੂ ਖੇੜਾ ਉਹਦਾ ਵੱਡਾ ਭਰਾ ਅਜੇ ਪਾਲ ਆਪਣਾ ਦੋਸਤ ਹੈ ਉਹ ਲੈ ਕੇ ਗਿਆ ਇਹਦੀਆਂ ਫੋਟੋਆਂ ਖਿੱਚ ਕੇ ਫਿਰ ਉਹਨਾਂ ਨੇ ਵੀ ਬਣਾਇਆ ਗਿਆ ਇਹਦੇ ਨਾਲ ਦਾ ਜੀ ਤੇ ਬਾਕੀ ਬਣਾਉਣਾ ਬਣਦਾ ਵੀ ਆ ਹਾਂਜੀ ਬਾਕੀ ਜਿਹੜਾ ਆਪਣਾ ਹੁਣ ਸਿੱਧੂ ਮੂਸੇਵਾਲੇ ਦੀ ਹਵੇਲੀ ਇਸ ਨੂੰ ਮੈਂ ਦੱਸਣਾ ਚਾਹੂੰਗਾ ਜੀ ਉਹਦਾ ਨਕਸ਼ਾ ਗਿਆ ਜੀ ਆਪਣਾ ਹੈਗਾ ਭੁੰਦੜ ਤੋਂ ਮੁੰਡਾ ਰਾਮ ਜੀ ਉਹ ਪਹਿਲਾਂ ਆਪਣੇ ਕੋਲ ਆਇਆ ਸੀ ਇੱਥੇ ਜੀ ਤੇ ਉਹਨੇ ਵੇਖ ਕੇ ਮਤਲਬ ਨਕਸ਼ਾ ਆਪਣਾ ਮਤਲਬ ਕੁਛ ਚੇਂਜ ਕੀਤਾ ਵੈਸੇ ਸਾਰਾ ਹੀ ਇੱਥੋਂ ਆਈਡੀਆ ਲੈ ਕੇ ਉਹਨੇ ਹਵੇਲੀ ਬਣਾਈ ਉਹਦਾ ਫਿਰ ਨਕਸ਼ਾ ਲੈ ਕੇ ਆਇਆ ਸਿੱਧੂ ਮੂਸੇਵਾਲਾ ਉਹ ਹਵੇਲੀਆਂ ਬਾਅਦ 'ਚ ਬਣ ਗਈਆਂ ਜਾਨੀ ਕਿ ਆਪਣੀ 2014 ਮਤਲਬ ਆਪਣੇ ਲਈ ਇਹ ਪਹਿਲਾਂ ਬਣੀ ਹੈ ਪਹਿਲਾਂ ਬਣੀ ਮਤਲਬ ਇੱਥੋਂ ਉਹਨਾਂ ਨੂੰ ਆਈਡੀਆ ਮਿਲ ਗਿਆ ਹਾਂਜੀ ਫਿਰ ਉਹ ਤੋਂ ਬਾਅਦ ਉਹਨਾਂ ਨੇ ਕ੍ਰੀਏਟੀਵਿਟੀ ਆਪਦੀ ਕਰ ਆਹ ਪੇਂਟਿੰਗ ਬਹੁਤ ਖੂਬਸੂਰਤ ਇਹ ਆਪਣਾ ਅਫਰੀਕਨ ਸ਼ੇਰ ਹੈ ਵਾਈਟ ਹੈ ਨਾ ਹਾਂਜੀ ਵਾਈਟ ਤੇ ਬਿਲਕੁਲ ਬਹੁਤ ਸੋਹਣਾ ਬਣਾਇਆ ਹੋਇਆ ਵਾ ਆਹ ਕੀ ਵਾਸ਼ਰੂਮ ਆ ਗਿਆ ਇੱਧਰ ਇਹ ਹਾਂਜੀ ਇਹ ਪੂਰਾ ਮਤਲਬ ਰੂਮ ਹੀ ਸੀਗਾ ਫਿਰ ਅਸੀਂ ਹਵੇਲੀ ਦੇ ਹਾਲਾਤ ਵੇਖਦੇ ਵੀ ਉਹਨੂੰ ਵੱਡਾ ਚਾਹੀਦਾ ਆਪਾਂ ਨੂੰ ਬਾਥਰੂਮ ਇਹ ਮਤਲਬ 11x14 ਦਾ ਫਿਰ ਇਹ ਬਾਥਰੂਮ ਵੀ ਬਣਾਤਾ ਬਿਲਕੁਲ ਉਹ ਪਿਕਚਰ ਬਹੁਤ ਸੋਹਣੀ ਹੈ ਵਾਇਲਨ ਵੱਜਦੀ ਹੋਈ ਹੈ ਨਾ ਤੇ ਇਧਰਲੇ ਪਾਸੇ ਦੀ ਥੱਲੇ ਪੌੜੀਆਂ ਵੀ ਉਤਰ ਸਕਦੇ ਇਧਰ ਹਾਂ ਬਾਹਰ ਦੀ ਪੌੜੀ ਜੇ ਆਪਾਂ ਬਾਹਰ ਦੀ ਆਉਣਾ ਹੈ ਨਾ ਕਿਸੇ ਨੇ ਬਾਹਰ ਜਿੱਥੋਂ ਦੀ ਆਪਾਂ ਸਟਾਰਟਿੰਗ ਤੋਂ ਉਤਰੇ ਸੀ ਹਾਂਜੀ ਹਾਂਜੀ ਇਧਰ ਆ ਰੂਮ ਆ ਗਿਆ ਹਾਂਜੀ ਇਹ ਆਪਣਾ ਇਹਦੇ ਨਾਲ ਇਹ ਅਟੈਚ ਅਟੈਚ ਰੂਮ ਹੋ ਗਿਆ ਆ ਬਹੁਤ ਸੋਹਣੀ ਆਹ ਇਹ ਡਿਜ਼ਾਈਨ ਬਹੁਤ ਖੂਬਸੂਰਤ ਆ ਹੈ ਨਾ ਆਹ ਬਿਲਕੁਲ ਇੱਕ ਸਾਦਾ ਜਿਹਾ ਹੋ ਗਿਆ ਸਾਰੀ ਕੰਧ ਖਾਲੀ ਉਹਦੇ ਨਾਲ ਛੋਟਾ ਜਿਹਾ ਪਾ ਕੇ ਇਹਨੇ ਮਤਲਬ ਖੂਬਸੂਰਤੀ ਬਣਾਤੀ ਕਰ ਉਹੀ ਮਤਲਬ ਪੁਰਾਣੇ ਟੱਚ ਜਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਬਿਲਕੁਲ ਬਹੁਤ ਖੂਬਸੂਰਤ ਹੈ ਇਹਦੇ ਵਿੱਚ ਮੈਂ ਦੇਖਿਆ ਤੁਹਾਡੇ ਕੋਲ ਗੱਡੀਆਂ ਵੀ ਕਾਫੀ ਆ ਹਾਂਜੀ ਬਾਈ ਜੀ ਆਪਣੇ ਕੋਲੇ ਮਤਲਬ ਹੈਗੀਆਂ ਟਾਟਾ ਸਰ ਇੱਕ ਤਾਂ ਮੇਰੇ ਕਾਲਜ ਟਾਈਮ ਦੀ ਤੇ ਜਿਪਸੀ ਪੈਟਰੋਲ ਜੀ ਵਿੱਲੀ ਜੀਪ ਹੈ ਜੀ ਉਹਨੇ ਤਿਆਰ ਕਰਵਾਈ ਹੈਗੀ ਜੀ ਮਰਸਡੀ ਬੈਂਜ਼ C220 ਟੌਪ ਮਾਡਲ ਮਤਲਬ ਉਹ ਜੇ ਕਿਸੇ ਪ੍ਰੀ ਵੈਡਿੰਗ ਵਾਲਾ ਯੂਜ਼ ਕਰ ਸਕਦਾ ਉਹਨੂੰ ਕਰ ਸਕਦਾ ਹਾਂਜੀ ਆਪਣੇ ਖੜੀਆਂ ਥੱਲੇ ਹੈ ਨਾ ਹਾਂਜੀ ਫੋਰਡ ਦੀ 3609 ਦੇਖੀ ਜਾ ਕੇ ਥੱਲੇ ਹਾਂ ਜ਼ਰੂਰ ਆ ਜਾਓ ਆਪਾਂ ਦੇਖਦੇ ਹਾਂ ਨਾਲ ਦੀ ਤੇ ਬਾਈ ਜੀ ਗੱਲ ਇਹ ਆ ਵੀ ਤੁਸੀਂ ਵੈਸੇ ਬੇਸਿਕਲੀ ਕੰਮ ਕੀ ਕਰਦੇ ਹੋ ਕਿੱਤਾ ਕੀ ਆ ਮੈਂ ਵੀਰ ਗਵਰਨਮੈਂਟ ਜੌਬ ਦੇ ਵਿੱਚ ਆ ਮੈਂ ਬੇਸਿਕ ਟ੍ਰੇਨਿੰਗ ਇੰਚਾਰਜ ਆ ਫਤਿਹਗੜ੍ਹ ਸਾਹਿਬ ਤੇ ਮਾਲੀ ਦਾ ਜੀ
ਜਿਹੜੇ ਮੁੰਡੇ ਨਵੇਂ ਪੰਜਾਬ ਪੁਲਿਸ ਜਾਂ ਫੌਜ ਦੇ ਵਿੱਚ ਭਰਤੀ ਹੁੰਦੇ ਆ ਉਹਨਾਂ ਨੂੰ ਪੰਜਾਬ ਗਵਰਨਮੈਂਟ ਟ੍ਰੇਨਿੰਗ ਕਰਾਉਂਦੀ ਹੈ ਫ੍ਰੀ ਦੇ ਵਿੱਚ ਬੱਚੇ ਤੋਂ ਕੋਈ ਚਾਰਜ ਨਹੀਂ ਲਿਆ ਜਾਂਦਾ ਜੀ ਟ੍ਰਾਇਲ ਬੇਸ ਤੇ ਬੱਚਾ ਰੱਖਿਆ ਜਾਂਦਾ ਉਹ ਟ੍ਰੇਨਿੰਗ ਦਾ ਜਿੰਮਾ ਪਹਿਲਾਂ ਮੈਂ 8 ਸਾਲ ਜੌਬ ਮੇਰੀ ਰਹੀ ਹੈ ਬਠਿੰਡੇ ਜ਼ਿਲ੍ਹੇ 'ਚ ਜੀ ਅਤੇ ਹੁਣ ਮੇਰੇ ਕੋਲ ਫਤਿਹਗੜ੍ਹ ਸਾਹਿਬ ਮੋਹਾਲੀ ਤੇ ਰੋਪੜ ਹੈ ਅਤੇ ਉੱਥੇ ਹੀ ਮਤਲਬ ਰਿਹਾਇਸ਼ ਹੈ ਵਿਦ ਫੈਮਿਲੀ ਇੱਕ ਗੱਲ ਇਉਂ ਆ ਇੱਕ ਤੁਸੀਂ ਸ਼ੇਰ ਸੁਣਾਇਆ ਸੀ ਤਾਜ ਵਾਲਾ ਹਾਂਜੀ ਹਾਂਜੀ ਤੇ ਉਹਦੇ ਫਿਰ ਜਵਾਬ ਦੇ ਜਦੋਂ ਆਹ ਹਵੇਲੀ ਬਣ ਗਈ ਉਦੋਂ ਬਾਅਦ 'ਚ ਫਿਰ ਫੁਰਨਾ ਫੁਰਿਆ ਹੋਊਗਾ ਵੀ ਆਪਾਂ ਦੇ ਜਵਾਬ 'ਚ ਕੁਛ ਲਿਖੀਏ ਵੀ ਤਾਂ ਬਣ ਗਈ ਹੈ ਹੁਣ ਹਾਂਜੀ ਕੁਛ ਲਿਖਿਆ ਉਦਾਂ ਦਾ ਕੁਛ ਲਿਖਿਆ ਹਾਂਜੀ ਜੀ ਉਹ ਲਿਖਿਆ ਸੀਗਾ ਵੀ ਲੈ ਮੈਂ ਤਾਂ ਤਾਜ ਬਣਾਤਾ ਨਹੀਂ ਕੀਤਾ ਹੋਇਆ ਕੌਲ ਪਗਾਤਾ ਨਹੀਂ ਤੂੰ ਤਾਂ ਛੱਡ ਗਈ ਸਾਨੂੰ ਬੇਰੁਜ਼ਗਾਰ ਸਮਝ ਕੇ ਆਪਾਂ ਜ਼ਿਲ੍ਹੇ ਦਾ ਹੁੰਦਾ ਵੀ ਪਾਤਾ ਨਹੀਂ ਬੱਲੇ ਇਹ ਤਾਂ ਬਈ ਕੋਈ ਡੂੰਘੀ ਸੱਟ ਆ ਕੋਈ ਜਵਾਨੀ ਜਵੂਨੀ ਵੇਲੇ ਦੀ ਤੇ ਗੱਲ ਆਹ ਆ ਵੀ ਬਹੁਤ ਖੂਬਸੂਰਤ ਰੱਖਿਆ ਨਾ ਯੂਜ਼ ਹੋ ਜਾਂਦਾ ਹੋਊਗਾ ਦਰਸ਼ਕੋ ਮੈਂ ਗੱਲ ਇਉਂ ਦੱਸ ਦਿਆਂ ਵੀ ਤੁਹਾਨੂੰ ਜਦੋਂ ਆਪਾਂ ਵੀਡੀਓ ਕੋਈ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੋਣਗੀਆਂ ਪ੍ਰੀ ਵੀਡਿੰਗ ਲਈ ਜਿਹੜੀਆਂ ਆਪਾਂ ਅਸੀਂ ਕੈਮਰੇ 'ਚ ਉਸ ਨਾ ਰਹਿ ਵੀ ਜਾਵੇ ਕੋਈ ਹੈ ਨਾ ਹਾਂਜੀ ਪਰ ਬਹੁਤ ਕੁਛ ਆ ਇੱਥੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਛ ਫਿਲਮਾ ਸਕਦੇ ਹੋ ਆਹ ਸਵਿੰਗਸ ਹੋ ਗਏ ਬਹੁਤ ਵਧੀਆ ਵਾ ਬਹੁਤ ਵਧੀਆ ਬਣਿਆ ਹੋਇਆ ਲੱਕੜ ਦਾ ਵਿੱਚ ਸ਼ੀਟਸ ਵਗੈਰਾ ਨੇ ਦਿੱਤੇ ਹੋਏ ਨੇ ਨਾ ਬਿਲਕੁਲ ਤੇ ਜਿਵੇਂ ਆਹ ਪੁਰਾਣੇ ਜ਼ਮਾਨੇ ਤਸਵੀਰਾਂ ਹੁੰਦੀਆਂ ਸੀ ਅੱਗੇ ਆਮ ਹੀ ਘਰਾਂ 'ਚ ਮਾਤਾਵਾਂ ਭੈਣਾਂ ਕੱਢਦੀਆਂ ਸੀਗੀਆਂ ਘੱਟੋ ਘੱਟ ਇਹ 45-50 ਸਾਲ ਪੁਰਾਣੀ ਪੇਂਟਿੰਗ ਹੈ ਜੀ ਹਾਂ ਕੱਪੜੇ ਦੇ ਵਿੱਚ ਇਹ ਕਿਸੇ ਨੇ ਰੀਝ ਨਾਲ ਆਪਦੇ ਦਾਜ ਤਿਆਰ ਕੀਤਾ ਹੋਊਗਾ ਕੀਤਾ ਹੋਇਆ ਹਾਂਜੀ ਜੀ ਆ ਸੰਦੂਕ ਪਿਆ ਵਾ ਇਧਰਲੇ ਪਾਸੇ ਪੁਰਾਣਾ ਹਾਂ ਇਹ ਦਾਦੀਆਂ ਦੇ ਹੈ ਜੀ ਆਪਣੇ ਦਾਦੀਆਂ ਪੜਦਾਦੀਆਂ ਦੇ ਸੰਦੂਕ ਹੈਗੇ ਅੱਛਾ ਦੇਖੋ ਕਿਉਂਕਿ ਜੇ ਹਵੇਲੀ ਬਣਾ ਲਈ ਤਾਂ ਉਹਦੇ ਵਿੱਚ ਸਮਾਨ ਵੀ ਉਸ ਕਿਸਮ ਦਾ ਚਾਹੀਦਾ ਸੀ ਕਿਤੇ ਨਾ ਕਿਤੇ ਹੈ ਨਾ ਇਹ ਸੰਦੂਕ ਘੱਟੋ ਘੱਟ ਮੰਨ ਕੇ ਚੱਲੋ ਵੀ 125-150 ਸਾਲ ਪੁਰਾਣਾ ਜੀ ਅਸਾ 125-150 ਸਾਲ ਪੁਰਾਣਾ ਹਾਂਜੀ ਮਜ਼ਬੂਤ ਆ ਪਤਾ ਨਹੀਂ ਕਾਹਦਾ ਬਣਿਆ ਹੋਊ ਬਿਲਕੁਲ ਜੀ ਉਸ ਟਾਈਮ ਟਾਲੀ ਟੋਲੀ ਦਾ ਹੋਊਗਾ ਹਾਂਜੀ ਹਾਂਜੀ ਜੀ ਬਿਲਕੁਲ ਲੋ ਵੀ ਦਰਸ਼ਕੋ ਚਾਹ ਵੀ ਛਕ ਲਈਏ ਆਪਾਂ ਕਲਾਸਿਕ ਸਟਾਈਲ ਦੇ ਵਿੱਚ ਕੱਪੀਆਂ ਕੁੱਪੀਆਂ ਪੂਰੀਆਂ ਰਾਜਾ ਮਹਾਰਾਜਾ ਵਾਲੀਆਂ ਨੇ ਪੂਰੀਆਂ ਤਾਂ ਬਾਈ ਜੀ ਹਾਂਜੀ ਬਈਏ ਕਿਹੜਾ ਫਿਰ ਚਲੋ ਚਲੋ ਬਾਈ ਜੀ ਚਲੋ ਬਾਈ ਗੱਲ ਇਉਂ ਆ ਜਿਵੇਂ ਜਿੰਨੇ ਵੀ ਮਹਿਲ ਹੋਏ ਆ ਹਾਂਜੀ ਜੈਪੁਰ ਦੇ ਵਿੱਚ ਹੋਏ ਆ ਜਾਂ ਕਿਤੇ ਹੋਰ ਸਾਈਡ ਤੇ ਹੋਏ ਆ ਹਾਂਜੀ ਉਹਨਾਂ ਦੇ ਨਾਂ ਹੁੰਦੇ ਆ ਵੀ ਜੈਗੜ ਕਿਲਾ ਹਾਂਜੀ ਫਲਾਨਾ ਕਿਲਾ ਹਾਂਜੀ ਨਾਰਗੜ ਕਿਲਾ ਤੇ ਇਹਦਾ ਵੀ ਕੋਈ ਨਾਂ ਤਾਂ ਰੱਖਿਆ ਹੀ ਹੋਊਗਾ ਬਾਈ ਤੁਸੀਂ ਕੀ ਨਾਂ ਕੀ ਇਸ ਕਹਿ ਲਓ ਹਵੇਲੀ ਦਾ ਹਾਂਜੀ ਇਹਦਾ ਨਾਮ ਇਸ ਤਰ੍ਹਾਂ ਜੀ ਵੈਸੇ ਗਿਫਟ ਤਾਂ ਮੈਂ ਆਪਦੀ ਵਾਈਫ ਨੂੰ ਕੀਤਾ ਸੀ ਇਹ ਬਾਅਦ ਦੇ ਵਿੱਚ ਫਿਰ ਮਤਲਬ ਉਹਨੇ ਵੱਲੋਂ ਕਿਹਾ ਗਿਆ ਉਹਨਾਂ ਵੱਲੋਂ ਵੀ ਆਪਾਂ ਇਹਦਾ ਆਪਣੇ ਬੇਟੇ ਦੇ ਨਾਮ ਤੇ ਹੀ ਨਾਮ ਰੱਖ ਦਿੰਦੇ ਹਾਂ ਤੇ ਕੀ ਨਾਮ ਰੱਖਿਆ ਫਿਰ ਇਹਦਾ ਫਿਰ ਬੇਟੇ ਦਾ ਨਾਮ ਹੈਗਾ ਜੀ ਰਿਆਸਤ ਜੈ ਸਿੰਘ ਢਿੱਲੋਂ ਰਿਆਸਤ ਜੈ ਸਿੰਘ ਢਿੱਲੋਂ ਹਾਂਜੀ ਫਿਰ ਇਹਦਾ ਨਾਮ ਅਸੀਂ ਢਿੱਲੋਂ ਰਿਆਸਤ ਮਹਿਲ ਰੱਖਤਾ ਤੇ ਬਾਕੀ ਗੱਲ ਬਹੁਤ ਤਕੜਾ ਰਹਾ ਰਿਆਸਤ ਨਾਂ ਆਪਦੇ ਆਪ 'ਚ ਹੀ ਵੱਖਰਾ ਵਾ ਉਹਨਾਂ ਜੈ ਸਿੰਘ ਦੋਨੇ ਜੋੜ ਕੇ ਰਾਜਾ ਮਹਾਰਾਜਾ ਵਾਲੇ ਨਾਂ ਰਾਜਾ ਜੈ ਸਿੰਘ ਦੇ ਉੱਤੇ ਵੀ ਕੇ ਜੈਗੜ ਕਿਲਾ ਬਣਿਆ ਹੋਇਆ ਵਾ ਹਾਂਜੀ ਜੈ ਉਹ ਤੇ ਮਤਲਬ ਸੇਮ ਥਿੰਗ ਆ ਤੇ ਆ ਦੇਖੋ ਦਰਸ਼ਕ ਕਿੱਡਾ ਖੂਬਸੂਰਤ ਬਣਿਆ ਹੋਇਆ ਭਾਈ ਜੀ ਇੱਕ ਗੱਲ ਹੋਰ ਹਾਂਜੀ ਪਹਿਲਾਂ ਤਾਂ ਸੁਣਾਏ ਤੁਸੀਂ ਸ਼ੇਰ ਟੁੱਟੇ ਦਿਲਾਂ ਵਾਲੇ ਹਾਂਜੀ ਕੋਈ ਜੁੜੇ ਦਿਲਾਂ ਵਾਲਾ ਵੀ ਜੋੜਿਆ ਤਾਂ ਹੋਊਗਾ ਬਾਈ ਟੁੱਟੇ ਦਿਲਾਂ ਵਾਲਾ ਸੀਗਾ ਇੱਕ ਜਿਵੇਂ ਜੀ ਨਾ ਛੇੜ ਤੂੰ ਦਿਲ ਦੇ ਜ਼ਖਮਾਂ ਨੂੰ ਤੇ ਇੱਥੋਂ ਦਰਦ ਦਵਾ ਨਹੀਂ ਲਾਈ ਜਾਣੀ ਤੂੰ ਸੁੱਖ ਮੰਗੇ ਨੇ ਤਾਂ ਗੈਰਾਂ ਦੀ ਤੇ ਇੱਥੋਂ ਸਾਂਝ ਨਹੀਂ ਸਾਡੇ ਨਾਲ ਪਾਈ ਜਾਣੀ ਕਾਹਤੋਂ ਅਚਨਚੇਤ ਸਾਡੀ ਜ਼ਿੰਦਗੀ ਵਿੱਚ ਆਈ ਤੇ ਹੁਣ ਢਿੱਲੋਂ ਤੋਂ ਨਾ ਭੁਲਾਈ ਜਾਣੀ ਜੇ ਭੁੱਲ ਨਾ ਸਕਿਆ ਤੈਨੂੰ ਬੱਲੀਏ ਲਿਖ ਗੀਤਾਂ ਦੇ ਵਿੱਚ ਗਾਊਗਾ ਇਸ਼ਕ ਤੇਰੇ ਦੀ ਪੂਜਾ ਕਰਕੇ ਤੈਨੂੰ ਪਲਕਾਂ ਉੱਤੇ ਬਿਠਾਊਗਾ ਜੀ ਤੂੰ ਚਾਹੁੰਦੀ ਨਹੀਂ ਭਾਵੇਂ ਗੈਰਾਂ ਨੂੰ ਪਰ ਢਿੱਲੋਂ ਖਾਬਾਂ ਦੇ ਵਿੱਚ ਆਊਗਾ ਪਰ ਢਿੱਲੋਂ ਖਾਬਾਂ ਦੇ ਵਿੱਚ ਬੱਲੇ ਬੱਲੇ ਇਹ ਸੀਗਾ ਮਤਲਬ ਮੈਰਿਜ ਤੋਂ ਪਹਿਲਾਂ ਦਾ ਫਿਰ ਜਿਵੇਂ ਲੇਡੀਜ਼ ਡਿਪਾਰਟਮੈਂਟ ਨੂੰ ਹੁੰਦਾ ਵੀ ਇਹ ਤਾਂ ਤੁਸੀਂ ਪਹਿਲਾਂ ਲਿਖਿਆ ਸੀਗਾ ਬਾਅਦ ਵਿੱਚ ਕੀ ਲਿਖਿਆ ਮੇਰੇ ਤੇ ਕੀ ਲਿਖਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਫਿਰ ਉਸ ਤੋਂ ਬਾਅਦ ਲਿਖਿਆ ਸੀਗਾ ਫਿਰ ਲੱਗਦਾ ਹੈ ਦਿਨ ਸਾਡੇ ਚੰਗੇ ਹੁਣੇ ਆ ਗਏ ਸਦੀਆਂ ਤੋਂ ਵਿਛੜੇ ਜੋ ਜ਼ਿੰਦਗੀ 'ਚ ਛਾ ਗਏ ਜੀ ਬੀਜੇ ਸੀਗੇ ਰਿੰਡ ਤੇ ਕਪਾਹ ਉਗਾਈਏ ਜੰਮੀ ਬੜੀ ਦੂਰ ਹੁਣ ਸ਼ਹਿਰ ਸਾਡੇ ਆਈਏ ਲੰਮੀਆਂ ਨੇ ਜ਼ੁਲਫਾਂ ਤੇ ਰੰਗ ਜਿਉਂ ਗੁਲਾਬ ਹੈ ਤੋਰ ਤੁਰੇ ਪੀਤੀ ਜਿਵੇਂ ਮੋਰਾਂ ਨੇ ਸ਼ਰਾਬ ਹੈ ਜਿੱਦਣ ਦੀ ਤੱਕੀ ਸਾਡੇ ਦਿਲ ਵਿੱਚ ਬਹਿ ਗਈ ਨਰੂਆਂ ਨੇ ਢਿੱਲੋਂ ਦੀ ਉਹ ਜਾਨ ਬਣ ਬਹਿ ਗਈ ਹੋਣਗੇ ਨਤੀਜੇ ਹੁਣ ਆਪੇ ਪਤਾ ਲੱਗੂ ਜਦੋਂ ਮੋਰਨੀ ਹੈ ਬਾਜਾਂ ਨਾਲ ਪਿਆਰ ਪਾ ਕੇ ਬਹਿ ਗਈ ਖਾਣਾ ਪੀਣਾ ਰਹਿਣਾ ਸਹਿਣਾ ਇੱਕੋ ਜਿਹਾ ਦੋਨਾਂ ਦਾ ਪਰ ਬਾਜ ਤੇ ਮੋਰਨੀ ਦੀ ਯਾਰੀ ਹੁਣ ਪੈ ਗਈ ਗੱਲ ਉਹ ਤੁਹਾਡਾ ਬਹੁਤ ਤਕੜਾ ਬਹੁਤ ਕਮਾਲ ਸੀ ਬੀਜੇ ਸੀ ਰੈਂਡ ਤੇ ਕਪਾਹ ਉਗਾਈਏ ਮਤਲਬ ਕੰਮ ਭਾਵੇਂ ਮਾੜਾ ਹੀ ਸੀਗਾ ਤੇ ਨਤੀਜੇ ਚੰਗੇ ਆ ਗਏ ਹਨਾ ਬੜਾ ਤਕੜਾ ਇਹ ਕਹਿ ਲਓ ਅਲੰਕਾਰ ਵਰਤਿਆ ਤੁਸੀਂ ਇਹ ਆਹ ਅਜੀਬ ਆ ਹਨਾ ਕਿਹੜਾ ਮਾਡਲ ਹੋਊਗਾ ਇਹ ਬਾਈ ਜੀ ਹੈਗੀ ਹੈ ਪੁਰਾਣਾ ਮਾਡਲ ਹੈਗੀ ਇਹ 68 ਮਾਡਲ ਹੈ ਫੋਰਡ ਦੀ ਇਹ ਨਾ ਅਮਰੀਕਾ ਨੇ ਕੱਢੀਆਂ ਸੀਗੀਆਂ ਜੀ ਜੀ ਇੱਕ ਵਿੱਲੀ ਆਈ ਸੀ ਇੱਕ ਫੋਰਡ ਇਹ ਮਤਲਬ ਫੋਰਡ ਹੈ ਇਹ
जमीन जायदाद अपनी सारा खुले पे मतलब ਉੱਥੇ ਵੀ ਕਰ ਸਕਦੇ ਆ ਕਰ ਸਕਦੇ ਹਾਂ ਜੀ ਤੇ ਇੱਕ ਸੁਣ ਗੱਲ ਦੋ ਕੀ ਤੁਹਾਡਾ ਨੰਬਰ ਦੇ ਦਈਏ ਅਸੀਂ ਪਬਲਿਕ ਨੂੰ ਹਾਂਜੀ ਆਮ ਦਰਸ਼ਕਾਂ ਨੂੰ ਸਾਡਿਆਂ ਨੂੰ ਵੀ ਤੁਹਾਨੂੰ ਫੋਨ ਕਰਨ ਉਹ ਹਾਂਜੀ ਹਾਂਜੀ ਕੋਈ ਗੇਰ ਹੁੰਦਾ ਇਜਾਜ਼ਤ ਦੇ ਨਾਲ ਤੇ ਆਹ ਟਾਟਾ ਸ਼ੇਰਾ ਇਹਦੇ ਵੀ ਚੜਾਈ ਬਹੁਤ ਰਹੀ ਆ ਢਿੱਲੋਂ ਸਾਹਿਬ ਇਹ ਟਾਟਾ ਸਰ ਆ ਬਾਈ ਜੀ ਇਹ ਵੀਰ ਬਾਦਲ ਨੂੰ ਵਿਆਹ ਦੇ ਵਿੱਚ ਇਹਦੇ ਨਾਲ ਦੀ ਗੱਡੀ ਦਿੱਤੀ ਗਈ ਸੀ ਟਾਟਾ ਸਰ ਮਿੱਡੂ ਖੜੇ ਖੜੀ ਆ ਦੋ ਨੰਬਰ ਆ ਦਾ ਅੱਛਾ ਮਜੀਠੀਆਂ ਨੇ ਅੱਛਾ ਦਾਚ ਦਿੱਤੀ ਸੀ ਉਦੋਂ ਉਹਨ ਸੁਖਬੀਰ ਬਾਦਲ ਨੂੰ ਹਾਂ ਟਾਟਾ ਸਰ ਦਿੱਤੀ ਸੀ ਉਹਦੀਆਂ ਫੋਟੋਆਂ ਵੀ ਨੈਟ ਤੇ ਪਿੱਛੇ ਆਈਆਂ ਸੀ ਤੇ ਇਹਦੇ ਵਿੱਚ ਬੈੱਡ ਬਣਿਆ ਹੋਇਆ ਕਈ ਵਾਰੀ ਖੇਤ ਖੂਤ ਜਾਈਏ ਆਪਾਂ ਆ ਦੇਖੋ ਲੈ ਮੰਜਾ ਚੱਕਣ ਦੀ ਲੋੜ ਨਹੀਂ ਆ ਬੈੱਡ ਬਣਿਆ ਦਰਸ਼ਕੋ ਪੂਰਾ ਕਮਾਲ ਆ ਕੰਮ ਇਹ ਆਪਣਾ ਰਜਾਈ ਰਜੂਈ ਰੱਖਣ ਨੂੰ ਆਪਣਾ ਵਿੱਚ ਜਿਵੇਂ ਬਿਲਕੁਲ ਬਿਲਕੁਲ ਮੰਜਾ ਚੱਕਣ ਦੀ ਲੋੜ ਨਹੀਂ ਖੇਤ ਮਤਲਬ ਮਹਿਫਲ ਵਾਲਾ ਸਮਾਨ ਵੀ ਰੱਖ ਸਕਦੇ ਹੋ ਤੁਸੀਂ ਰੱਖ ਸਕਦੇ ਹੋ ਬਿਲਕੁਲ ਬਿਲਕੁਲ ਇਧਰਲੇ ਪਾਸੇ ਆ ਗਈ ਜੈਪਸੀ ਜੈਪਸੀ ਇਹਦੀ ਵੀ ਚੜਾਈ ਵੀ ਪੂਰ ਗਈ ਰਹੀ ਆ ਬਾਈ ਇਹ ਤਾਂ ਨਾ ਰੋਹ ਵੀ ਬਹੁਤ ਰਿਹਾ ਇਹਦਾ ਵੀ ਹਾਂਜੀ ਇਹ ਚੱਲਦੀਆਂ ਇਹ ਹਾਂ ਚੱਲਦੀਆਂ ਜੀ ਪੈਟਰੋਲ ਪੈਟਰੋਲ ਦਾ ਟੇਬਲ ਬਣਾਇਆ ਹੋਇਆ ਇੱਥੇ ਕੁਰਸੀ ਡਾ ਕੇ ਆਪਾਂ ਬੈਠ ਸਕਦੇ ਹਾਂ ਬਿਲਕੁਲ ਮੋਟਰ ਤੇ ਬਾਰ ਬਣਾਉਣ ਲਈ ਇਹ ਸਾਰਾ ਸਾਰਾ ਸਿਸਟਮ ਰੱਖਿਆ ਹਾਂਜੀ ਤੇ ਆਹ ਇਹ ਬਾਈ ਜੀ ਹੈਗਾ ਫਾਇਰ ਹੋਲ ਹੈ ਜੀ ਇਹ ਅੱਛਾ ਜਿਵੇਂ ਆਪਣੇ ਤਾਂ ਉਨੀ ਠੰਡ ਨਹੀਂ ਪੈਂਦੀ ਬਾਹਰਲੇ ਦੇਸ਼ਾਂ ਦੇ ਵਿੱਚ ਠੰਡ ਪੈਂਦੀ ਸੀਗੀ ਪੈਂਦੀ ਹੈ ਜਿਵੇਂ ਕੈਨੇਡਾ ਵਗੈਰਾ ਦੇ ਵਿੱਚ ਜਾਂ ਇੰਗਲੈਂਡ ਤੇ ਆਪਾਂ ਫਿਲਮਾਂ 'ਚ ਵੇਖਦੇ ਹਾਂ ਜੀ ਇਹ ਮਤਲਬ ਹੈਗਾ ਲੱਕੜਾਂ ਰੱਖਣ ਨੂੰ ਸੁੱਕੀਆਂ ਇਹਦੇ 'ਚ ਕਲਪਾਣਾ ਵਗੈਰਾ ਤੇ ਇਹਦੇ ਵਿੱਚ ਆਪਾਂ ਅੱਗ ਸੇਕ ਸਕਦੇ ਅੱਗ ਸੇਕ ਸਕਦੇ ਹਾਂ ਤੇ ਆਹ ਫਾਇਰ ਹੋਲ ਆਪਣਾ ਹਾਰਾ ਆਪਣਾ ਹਾਰਾ ਤੇ ਅੰਗਰੇਜ਼ਾਂ ਦਾ ਫਾਇਰ ਹੋਲ ਆ ਤੇ ਆਹ ਜੀਵ ਜੀ ਕੱਢਣ ਵਾਲਾ ਕੀ ਰੱਖਿਆ ਤੁਸੀਂ ਇਹ ਮਤਲਬ ਮਿਸਤਰੀ ਦੀ ਕਾਰਡ ਸੀ ਜਿਹਨੇ ਇਹ ਬਣਾਇਆ ਸੀਗਾ ਵੀ ਨਜ਼ਰ ਉਹਨੇ ਨਜ਼ਰ ਤੋਂ ਬਸ ਆਪਦੀ ਇੱਕ ਤਰ੍ਹਾਂ ਦੀ ਜੀਵ ਜੀ ਲਾਤੀ ਆ ਜੁੱਤੀ ਜੀ ਕੱਟ ਕੇ ਨਾ ਬਚਾ ਕੱਟ ਕੇ ਫਸਾ ਕੇ ਬਣਾਤਾ ਜਿਗਾੜ ਜਾ ਬਿਲਕੁਲ ਪੂਰੀ ਨਜ਼ਰ ਵਾਲੀ ਆਉਣ ਵਾਲੇ ਸਮੇਂ ਚ ਇੱਧਰ ਬਰਾਂਡੇ ਬਣਾ ਕੇ ਜੀ ਆਪਾਂ ਚੱਲੂਗਾ ਕੰਮ ਜੀ ਪਾਸੇ ਵੀ ਮਤਲਬ ਇਹਦਾ ਨਾ ਲੁੱਕ ਕੱਢਾਂਗੇ ਤਾਂ ਉਧਰ ਹੀ ਹੈ ਨਾ ਜੀ ਤੇ ਦੋ ਗੇਟ ਜਿਵੇਂ ਇੱਧਰ ਆ ਗਏ ਆ ਦੋ ਗੇਟ ਆ ਗਏ ਨਾ ਇੱਕ ਆ ਗੇਟ ਵੀ ਇੱਧਰਲੇ ਪਾਸੇ ਬਣੂਗੀ ਲੋਕੇਸ਼ਨ ਹੈ ਨਾ ਹਾਂਜੀ ਇੱਧਰ ਵੀ ਬਰਾਂਡੇ ਬਣਾਵਾਂਗੇ ਜੀ ਬਿਲਕੁਲ ਬਿਲਕੁਲ ਬਾਹਰਲੇ ਪਾਸੋਂ ਵੀ ਆਪਾਂ ਦਿਖਾ ਦੇਵਾਂਗੇ ਹਾਂਜੀ ਹਾਂਜੀ ਤੇ ਬਾਈ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਇੱਕ ਸਾ ਟਰੈਕਟਰ ਖੜਾ ਤੁਹਾਡੇ ਕੋਲੇ ਹਾਂਜੀ ਫੋਰਡ ਹੈਗਾ ਹਾਂਜੀ ਛੱਤੀ ਰਿਆਸਤ ਢਿੱਲੋਂ ਤੇ ਫੋਰਡ ਆ ਗਿਆ ਇਹ ਕਿਹੜਾ ਮਾਡਲ ਆ ਬਾਈ ਇਹ ਹੈਗਾ ਬਾਈ ਜੀ 82 ਮਾਡਲ ਹੈ ਜੀ ਇਹ 82 82 ਹਾਂਜੀ ਪੁਰਾਣਾ ਹੀ ਮਾਡਲ ਹੈ ਨਾ ਤੇ ਰੰਗ ਰੂਪ ਕਰਾਇਆ ਤੁਹਾਡਾ ਹਾਂਜੀ ਮਤ ਜੈਨੂਨ ਜਿਹਾ ਰੱਖਿਆ ਵਾ ਕੋਈ ਬੜਾ ਨਹੀਂ ਤੜਕ ਫੜਕ ਵਾਲਾ ਕੰਮ ਨਹੀਂ ਕੀਤਾ ਇਹਨੂੰ ਹਾਂਜੀ ਇਹ ਸਾਡੇ ਫਾਦਰ ਸਾਹਿਬ ਨੇ ਨਵਾਂ ਕਢਾਇਆ ਸੀਗਾ ਜੀ 1980 ਚ ਸਾਡੇ ਰਹਿ ਗਿਆ ਪਿੰਡ ਵਾਲੇ ਘਰੇ ਤੇ ਫਿਰ ਸ਼ੌਕ ਮੈਨੂੰ ਵੀ ਸੀਗਾ ਤੇ ਮੈਂ ਵੀ ਫਿਰ ਵਾਹੀ ਤਾਂ ਠੇਕੇ ਤੇ ਹੁੰਦੀ ਆਪਣੀ ਤੇ ਮੈਂ ਸ਼ੌਕ ਨੂੰ ਲਿਆਂਦਾ ਸੀਗਾ ਹੁਣ ਇਹਨੂੰ ਪ੍ਰੀ ਵੈਡਿੰਗ ਵਾਲੇ ਵਰਤ ਵਰਤ ਲੈਂਦੇ ਹੈਗੇ ਬਿਲਕੁਲ ਦੇਖੋ ਯਾਰ ਖੇਤੀ ਜੱਟ ਭਾਵੇਂ ਕਰਦਾ ਹੋਵੇ ਨਾ ਕਰਦਾ ਹੋਵੇ ਕੋਈ ਵੀ ਆਪਾਂ ਇੱਕ ਉਹਦਾ ਸੁਪਨਾ ਹੁੰਦਾ ਵਾ ਫੋੜ ਹੋਵੇ ਯਾਰ ਬਸ ਭਾਵੇਂ ਟਰੈਕਟਰ ਹੋਰ ਵਰਤੀ ਜਾਵੇ ਪਰ ਫੋੜ ਹੋਣਾ ਇੱਕ ਸੁਪਨਾ ਹੁੰਦਾ ਨਾ ਬਾਈ ਬਿਲਕੁਲ ਜੀ ਜੀ ਸੋ ਆਪਣੇ ਅੱਜ ਦੇ ਮਾਹੌਲ ਤੇ ਵੀ ਸੁਣਾ ਦਿਓ ਇੱਕ ਅੱਧਾ ਸ਼ੇਰ ਜਾਂਦੇ ਜਾਂਦੇ ਮੁੱਕ ਜਾਣੀ ਜ਼ਿੰਦਗੀ ਤੇ ਯਾਦਾਂ ਰਹਿ ਜਾਣੀਆਂ ਹਾਂਜੀ ਮੁੜ ਕੇ ਨਹੀਂ ਆਉਣਾ ਲੰਘੇ ਪੁਲਾਂ ਦੇ ਪਾਣੀਆਂ ਮੁੜ ਕੇ ਨਹੀਂ ਆਉਣਾ ਢਿੱਲੋਂ ਪੁਲਾਂ ਦੇ ਪਾਣੀਆਂ ਬਿਲਕੁਲ ਬਿਲਕੁਲ ਮੁੜ ਕੇ ਨਹੀਂ ਆਉਣਾ ਹੈ ਨਾ ਸਹੀ ਗੱਲ ਆ ਸੋ ਦਰਸ਼ਕੋ ਆ ਵੇਖੀਏ ਤੁਸੀਂ ਅੱਜ ਖੂਬਸੂਰਤ ਹਵੇਲੀ ਤੇ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਢਿੱਲੋਂ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਮਿਹਰਬਾਨੀ ਧੰਨਵਾਦ ਓਕੇ ਬਾਈ ਜੀ ਤੁਹਾਡਾ ਵੀ ਤੁਹਾਡੀ ਟੀਮ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਾਈ ਜੀ ਸਮਾਂ ਦਿੱਤਾ ਥੈਂਕ ਯੂ ਮਿਹਰਬਾਨੀ ਜੀ